ਚੌੜਾ ਲਿਖਿਆ ਉਹਦੇ ਮੈਂ ਢਾਈ ਗਜ਼ ਦੀ ਜਾਤੀ ਹੁੰਦੀ ਹੈ ਕੋਈ ਗੱਲ ਨੀ ਮਿਹਰਬਾਨੀ ਮਹਾਰਾਜਾ ਬੜੇ ਬੁਰੇ ਜੰਮੇ ਕੋਈ ਗੱਲ ਨੀ ਕੋਈ ਗੁੱਡੀ ਪੈਸੇ ਠਹਿਰ ਦੇ ਜਾ ਰਹੇ ਜੀ ਠਹਿਰ ਦੇ ਤੁਰ ਕਹਿੰਦੇ ਕੁਝ ਨੀ ਕਰਿਆ ਯਾਰ ਤੁਸੀਂ ਕਮਲ ਖਰਾਬ ਕਰਿਆ ਜਦੋਂ ਖਾਣਾ ਪਹਿਲੀ ਵਾਰੀ ਲਾਇਆ ਇੰਨੇ ਖਾੜੇ ਲਾਏ ਤੇ ਕਦੇ ਇਹ ਜੀ ਗੱਲ ਅਜੇ ਲੱਕਾ ਬੋਲਿਆ ਨੀ ਮੈਂ ਤੂੰ ਪੈਸੇ ਪਹਿਲੇ ਬੋਲੋਗੇ ਯਾਰ ਨਵੇਂ ਆਈਡੀਆ ਕੀ ਉਹ ਤੱਕਦਾ ਰਿਹਾ ਵੀ ਮੈਂ ਸਿਖਰ ਤੋਂ ਪਹਿਲੇ ਡਾਉਂਦੀ ਸੀ ਜਿਹੜੀ ਮੈਂ ਚਗਾਲ ਕੱਢੀ ਆ ਮੈਂ ਭੈਣ ਦੇਣੇ ਦੇ ਜਿਹੜੇ ਘਰ ਵਾਲੇ ਨੂੰ ਕਹਿੰਦਾ ਵੀ ਤੁਹਾਨੂੰ ਪਤਾ ਇੰਨਾ ਗਾਲੀ ਗਲੂਸ ਤਾਂ ਚੱਲਦੇ ਹੁੰਦਾ ਲੈ ਸੁਣਨਾ ਇੱਕ ਇੱਕ ਹੱਸਣ ਕਿਹਨੂੰ ਲੱਗੀ ਤਾਂ ਧਿਆਨ ਰੱਖਣਾ ਚਾਹੁੰਦੇ ਹਾਂ ਬੜਾ ਵਧੀਆ ਪਿੰਡ ਜਦੋਂ ਕੀ ਹੋ ਗਿਆ ਲੋਕਾਂ ਵਾਹ 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 ਜੀ ਵਾਹ ਜੀ
ਪੰਤਾਲੀ ਸੌ ਤਰਤਾਲੀ ਸੌ ਪਹਿਲੇ ਜੇਬ ਚ ਪੈ ਸੁਣ ਕੇ ਤਾਂ ਠੀਕ ਹੈ, ਨਹੀਂ ਤਾਂ ਉਹੀ ਗੱਲ ਹੋਣੀ ਜਿਹੋ ਜਿਹੀ ਨੰਦੋ ਬਾਹ ਹੋਣੀ ਹੋ ਜਾ ਕੁੱਤੂ ਜੀ ਆਪਾਂ ਉਹੀ ਕੰਮ ਲੈ ਲਈ ਤੇ ਪਾਵੇ ਜੀ।
ਜਿਵੇਂ ਚੌਥਾ